भारी गिणती च इकट्ठे हुए लोगों की मौजूदगी च भाषण दे रहा यह व्यक्ति। इस दे पिछे सुरक्षाकर्मी भी नजर आ रहे ने। इस दौरान इकट्ठे हुए लोग भी गंभीर हो के इस व्यक्ति वालों कीतियां जा रही गल्लां नूं ध्यान नाल सुन रहे ने। असल च यह कोई होर नहीं बल्कि मुख्यमंत्री चरणजीत सिंह चन्नी दे भरा डॉक्टर मनमोहन सिंह ने, जो पेशे तो एक डॉक्टर ने अते हलका बस्सी पठाणा तो कांग्रेस पार्टी की तरफों चोण लड़ना चाहते ने। पर कांग्रेस पार्टी वालों मौजूदा विधायक गुरप्रीत सिंह जीपी नूं दोबारा टिकट दिते जाणते डॉक्टर मनमोहन सिंह आजाद उम्मीदवार के तौर पर इस हल्के तो चोण लड़न जा रहे ने। बिल्कुल, जिहड़ी अज इह लोकां ने खुद मीटिंग करी है, मेरा दफ्तर इत्थे खुले नूं 4-5 महीने हो गए, उस विच जो अज लोग चल के आए हैं, मैनूं कल दा कहा वी तूं उत्थे 11 बजे पहुँच, असीं तेरे नाल गल करनी है। उस गल विच मैं इत्थे अपने दफ्तर आया, जो मैनूं हुक्म होया वो यही होया कि जो कांग्रेस ने करिया गलत करिया, हुण आजाद इलैक्शन लड़िया जाए। तो मैनूं उन्हां ने हुक्म करिया कि मैनूं ये इलैक्शन लड़ना ही पैणा, हुण मेरे बस कोई रस्ता ही है नहीं, क्योंकि मैं पहले ही अपने आप में इतने लोगों को समर्पित करी बैठा, अपनी नौकरी छड़ के मैं इतने लोगों को समर्पित करया होया। जे मैनू जिन्हों ज़्यादा तुम किसी सबमिट कर दें समर्पित कर दें, जे वह कहे जो वो सानू करना पेगा वही मैं करना। इस बगावत ना समझा जाए, बगावत कोई गल नहीं हैगी, यह एक लोगों की इच्छा जी है। आप भी चन्नी सरकार दल्ला दसागे कि असं काम वधिया करे, चन्नी साहब ने वधिया काम करे, वह भी दसा, मैं हूँ तक भी दस रहा हूँ। तो लेकिन जो लोग हम कहने सू करना मैं तुम दसदा कि कुछ ताकत है जो चाहिए ने कि मैं उपर आव मैं इलैक्शन लड़ा, वो उन्होंने जो करता ठीक करते। मैं हूँ की नाम लें नाल एम एल ए जे है चाहते है इतने माड़ा एम एल ए बनया रहे इतने किसी ता कि उन्होंने डिस्ट्रिक्ट भी चलती रहे, उन्होंने एरिए भी चलती रहे, उ लोग है। लेकिन आप काम करना कर लगे, मैंने तो यह कहा गया कि हाईकमांड वालों कि जे तुम किसी को दूजे सीट मिलेगी तो तैन भी मिलेगी, ਆਪਾਂ ਨੂੰ ਹੁਣ ਨਹੀਂ ਦਿੱਤੀ ਆਪਾਂ ਠੀਕ, ਕਿਉਂਕਿ ਰਾਵੀ ਕਹਿ ਰਿਹਾ ਕਿ ਟ੍ਰਾਂਸਫਰ ਜਿਹੜੀ ਕਰਵਾਈ ਸੀ ਅਨੰਦਪੁਰ ਪਲਾਟ ਤੋਂ ਜੀਪੀ ਨੇ, ਉਸ ਤੋਂ ਬਾਅਦ ਗੱਲ ਸ਼ੁਰੂ ਹੋਈ ਹੈ ਤੁਸੀਂ ਕਰ? ਬਿਲਕੁਲ, ਜੀਪੀ ਨੇ ਮੇਰੀ ਇੱਥੋਂ ਟ੍ਰਾਂਸਫਰ ਕਰਾਈ ਸੀ, 2 ਦਿਨ ਇੱਥੇ ਧਰਨਾ ਰਿਹਾ। ਬਲਵੀਰ ਸਿੰਘ ਮਿਨਿਸਟਰ ਸੀ ਉਦੋਂ, ਹੈਲਥ ਮਿਨਿਸਟਰ, ਉਹਦੀ ਹਾਏ ਹਾਏ ਹੁੰਦੀ ਇੱਥੇ ਰਹੀ, ਜੀਪੀ ਐਮ ਐਲ ਏ ਦੀ ਉਹਦੇ ਇਲਾਕੇ ਵਿੱਚ ਹਾਏ ਹਾਏ ਹੁੰਦੀ ਰਹੀ। ਲੇਕਿਨ ਇਹਨਾਂ ਨੇ ਜੋ ਮੇਰੇ ਨਾਲ ਕਰਿਆ ਸੀ ਉਦੋਂ, ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਸੀ ਉਦੋਂ, ਕਰੋਨਾ ਦਾ ਦੌਰ ਸੀ, ਕਰੋਨਾ ਦੇ ਦੌਰ 'ਚ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਸੀ, ਉਦੋਂ ਮੇਰੀ ਇਹਨਾਂ ਨੇ ਟ੍ਰਾਂਸਫਰ ਕਰਾਈ, ਉਸੇ ਦਾ ਗੁੱਸਾ ਜਿਹੜੇ ਇਹ ਲੋਕਾਂ ਨੇ ਉਦੋਂ ਕੱਢਿਆ ਸੀ, ਉਸੇ ਦਾ ਲੋਕਾਂ ਹੁਣ ਗੁੱਸਾ ਕੱਢਣ। ਵਿਕਾਸ ਤਾਂ ਤੁਹਾਨੂੰ ਦਿਖੇ ਰਿਹਾ ਹੈ, ਬਸੀ ਸ਼ਹਿਰ 'ਚ ਵੜ ਜਾਓ, ਖਮਾਣੋ ਸ਼ਹਿਰ 'ਚ ਵੜ ਜਾਓ, ਇੱਥੇ ਜਿੱਥੇ ਮੀਂਹ ਦੀ ਲੋੜ ਨਹੀਂ ਹੈਗੀ, ਲੋਕਾਂ ਦੇ ਘਰਾਂ 'ਚ ਵਿਹੜਿਆਂ 'ਚ ਗਲੀਆਂ ਦਾ ਪਾਣੀ ਘੁੰਮ ਰਿਹਾ, ਨਾਲੀਆਂ ਦਾ ਪਾਣੀ ਘੁੰਮ ਰਿਹਾ, ਗੰਦਾ ਪਾਣੀ ਘੁੰਮ ਰਿਹਾ, ਇਹ ਵਿਕਾਸ ਦਿਖ ਰਿਹਾ। ਉਹਦੀ ਕੋਈ ਵਿਕਾਸ ਵਾਲੀ ਸੋਚ ਨਹੀਂ ਹੈ, ਨਾ ਉਹਦਾ ਵਿਕਾਸ ਹੋਇਆ ਨਾ ਉਹਦਾ ਹੋਣਾ, ਜਿਹੜਾ ਸਾਡੇ ਨਾਲ ਇੰਟਰਫੇਅਰ ਕਰੇਗਾ ਉਹਨੂੰ ਉਵੇਂ ਉਵੇਂ ਨਹੀਂ ਜਾਣਾ। ਸੀਐਮ ਸਾਹਿਬ ਪਾਰਟੀ ਦਾ ਪ੍ਰਚਾਰ ਕਰਨ ਨੂੰ ਰਹਿਣਗੇ ਜਾਂ ਨਹੀਂ? ਜੋ ਸੀਐਮ ਸਾਹਿਬ ਨੇ ਦੇਖੋ ਪਾਰਟੀ ਦੀ ਡਿਊਟੀ ਲਾ ਸਕਦੇ ਹੋ, ਪਾਰਟੀ ਡਿਊਟੀ ਲਾ ਸਕਦੀ ਹੈ ਨਹੀਂ, ਫਿਰ ਉਹ ਤੁਹਾਡੇ ਖਿਲਾਫ ਜਾਂ ਬੋਲਣਗੇ ਜਾਂ ਫਿਰ ਤੁਸੀਂ ਖਿਲਾਫ? ਮੇਰੇ ਖਿਲਾਫ ਉਹ ਪਾਰਟੀ ਦੇ ਹੱਕ 'ਚ ਬੋਲਣਗੇ, ਮੇਰੇ ਖਿਲਾਫ ਨਹੀਂ ਬੋਲਣਗੇ। 2007 'ਚ ਅਸੀਂ ਆਜ਼ਾਦ ਲੜਿਆ ਸੀ, ਆਜ਼ਾਦ ਜਿੱਤੇ ਸੀ, ਹੁਣ ਵੀ ਆਜ਼ਾਦ ਲੜਾਂਗੇ, ਆਜ਼ਾਦ ਜਿੱਤਾਂਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਹਲਕੇ ਦੇ ਲੋਕ ਮੁੱਖ ਮੰਤਰੀ ਦੇ ਭਰਾ ਡਾਕਟਰ ਮਨਮੋਹਨ ਸਿੰਘ ਨੂੰ ਕਿੰਨਾ ਸਫਲ ਬਣਾਉਂਦੇ ਨੇ। ਹਕੀਕਤ ਵੀ ਪੰਜਾਬੀ ਦੇ ਲਈ ਬੱਸੀ ਪਠਾਣਾ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ। ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਤ੍ਰੈਕਾਲ ਭੈਰਵ ਜੋਤਿਜ ਸੰਸਥਾਨ, ਪੰਡਿਤ ਕੇ ਕੇ ਆਚਾਰੀਆ। ਸੰਪਰਕ ਕਰੋ 93525-75867। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਖੋਇਆ ਪਿਆਰ ਵਾਪਸ ਪਾਉਣਾ, ਪਿਆਰ 'ਚ ਧੋਖਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਮੋਹਣੀ ਵਸ਼ੀਕਰਨ ਕਰਾਓ, ਮਨ ਚਾਹ ਪਿਆਰ ਪਾਓ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ 'ਚ ਤੜਫਦਾ ਦੇਖੋ। ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ 93525-75867।